ਗਿੱਦੜਬਾਹਾ ਦੇ ਰੇਲਵੇ ਸਟੇਸ਼ਨ ਤੇ ਇੱਕ ਨਾਬਾਲਗ ਬੱਚਾ ਘੁੰਮਦਾ ਦਿਖਾਈ ਦਿੱਤਾ ਹੈ। ਬੱਚੇ ਕੋਲ ਪੁੱਛਣ ਤੇ ਬੱਚੇ ਨੇ ਆਪਣਾ ਨਾਂ ਰਾਹੁਲ ਅਤੇ ਪਿਤਾ ਦਾ ਨਾਂ ਸੁਨੀਲ ਯਾਦਵ ਦੱਸਿਆ ਹੈ, ਜਦਕਿ ਬੱਚਾ ਆਪਣਾ ਪਤਾ ਅਤੇ ਕੋਈ ਮੋਬਾਈਲ ਨੰਬਰ ਨਹੀਂ ਦੱਸ ਸਕਿਆ ਹੈ। ਉੱਥੇ ਸੈਂਟਰ ਕੋਆਰਡੀਨੇਟਰ ਨੇ ਕਿਹਾ ਕਿ ਬੱਚੇ ਨੂੰ ਚਾਈਲਡ ਕੇਅਰ ਵਿੱਚ ਭੇਜ ਦਿੱਤਾ ਜਾਵੇਗਾ ਅਤੇ ਜਲਦ ਹੀ ਬੱਚੇ ਦੇ ਮਾਂ ਬਾਪ ਬਾਰੇ ਪਤਾ ਕਰਕੇ ਉਹਨਾਂ ਹਵਾਲੇ ਕਰ ਦਿੱਤਾ ਜਾਵੇ। ਲਗਭਗ 8 ਵਜੇ ਚੌਂਕੀ ਗਿੱਦੜਬਾਹਾ ਤੋਂ ਇੱਕ ਕਾਲ ਆਈ ਚਾਈਲਡਲਾਈਨ ਦੇ ਟੋਲ ਫਰੀ ਨੰਬਰ 1098 ਦੇ ਉੱਪਰ ਕਿ ਇੱਕ ਬੱਚਾ ਹੈਗਾ ਜਿਹੜਾ ਕਿ ਗਿੱਦੜਬਾਹਾ ਰੇਲਵੇ ਸਟੇਸ਼ਨ ਦੇ ਉੱਪਰ ਮਿਲਿਆ ਔਰ ਉਸਨੂੰ ਜਿਹੜਾ ਪੇਰੈਂਟਸ ਦਾ ਐਡਰੈਸ ਹੈਗਾ ਉਹ ਟਰੇਸ ਨਹੀਂ ਹੋ ਰਿਹਾ ਹੈਗਾ ਕਿਉਂਕਿ ਬੱਚਾ ਆਪਣਾ ਪ੍ਰੋਪਰ ਐਡਰੈਸ ਨਹੀਂ ਦੱਸ ਸਕਦਾ ਗਾ, ਉਹ ਸਿਰਫ ਆਪਣੇ ਪੇਰੈਂਟਸ ਦੇ ਨਾਮ ਦੱਸ ਰਿਹਾ ਹੈਗਾ ਔਰ ਹੁਣ ਇਸ ਬੱਚੇ ਨੂੰ ਅਸੀਂ ਇੱਥੋਂ ਲਿਆ ਕੇ ਚਿਲਡਰਨ ਹੋਮ ਬਠਿੰਡਾ ਵਿੱਚ ਸ਼ਿਫਟ ਕਰਾਂਗੇ। ਇਹ ਆਪਾਂ ਨੂੰ ਚੈਕਿੰਗ ਦੌਰਾਨ ਮਿਲਿਆ ਜੀ ਰੇਲਵੇ ਸਟੇਸ਼ਨ ਗਿੱਦੜਬਾਹਾ ਤੋਂ। ਇਹ ਆਪਣਾ ਨਾਮ ਰਾਹੁਲ ਦੱਸ ਰਿਹਾ ਹੈਗਾ, ਪਿਤਾ ਦਾ ਨਾਮ ਸੁਨੀਲ ਯਾਦਵ ਅਤੇ ਐਡਰੈਸ ਦੱਸ ਰਿਹਾ ਨਵੀਂ ਦਿੱਲੀ ਪੁਰਾਣੀ ਦਿੱਲੀ। ਵੈਸੇ ਕਹਿ ਰਿਹਾ ਮੇਰੇ ਮਾਮੇ ਦਾ ਨਾਮ ਰਕੇਸ਼ ਆ ਵੀ ਮੈਂ ਕੀ ਕਹਿੰਦਾ ਜੀ ਇੱਥੇ ਪਾਣੀਪੱਤ ਰਹਿ ਰਿਹਾ ਉੱਥੇ ਮਾਮਾ ਕੋਲ, ਪਰ ਸਹੀ ਐਡਰੈਸ ਪਤਾ ਜਾਂ ਕੋਈ ਮੋਬਾਈਲ ਨੰਬਰ ਜਿਹੜੇ ਲਿਖਦਾ ਨੌ ਨੰਬਰਾਂ 'ਚ ਲਿਖ ਰਿਹਾ ਅਤੇ ਅਸੀਂ ਫਿਰ ਸਵੇਰੇ ਹੈਲਪਲਾਈਨ 'ਤੇ ਗੱਲ ਕਰਕੇ 1098 'ਤੇ ਉੱਥੇ ਸਾਡੀ ਜ਼ਿਲ੍ਹਾ ਕੋਆਰਡੀਨੇਟਰ ਬਠਿੰਡਾ ਨਾਲ ਗੱਲ ਹੋਈ ਹੈ, ਇਹ ਸਾਡੇ ਕੋਲ ਖੜ੍ਹੇ ਆ ਸਰਦਾਰ ਬਲਕਾਰ ਸਿੰਘ, ਅਤੇ ਹੁਣ ਅਸੀਂ ਆਪਦੀ ਕਾਰਵਾਈ ਕਰਕੇ ਇਹਨਾਂ ਦੇ ਹਵਾਲੇ ਕਰ ਰਹੇ ਹਾਂ ਜੀ।